ਦੂਜਾ ਫੈਸਲਾ ਜਿਹੜਾ ਅਸੀਂ ਕੀਤਾ ਹੈ ਕਿ ਇੱਕ ਹੋਰ ਡਿਪਟੀ ਸੀਐਮ ਸਾਡੇ ਸਰਕਾਰ ਵਿੱਚ ਦੋ ਡਿਪਟੀ ਸੀਐਮ ਹੋਣਗੇ, ਇੱਕ ਪਹਿਲਾ ਡਿਪਟੀ ਦਲਿਤ ਪਰਿਵਾਰ ਤੋਂ ਅਤੇ ਦੂਜਾ ਹਿੰਦੂ ਪਰਿਵਾਰ ਤੋਂ ਜਿਹੜਾ ਡਿਪਟੀ ਸੀਐਮ ਹੋਣਗੇ। ਸੈਂਟਰ ਦੀ ਕਾਂਗਰਸ ਸਰਕਾਰ ਨੇ, ਆਪਣੇ ਬੀਜੇਪੀ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਦਿੱਤਾ, ਪਿੱਠ 'ਤੇ ਵਾਰ ਕੀਤਾ। ਤਿੰਨ ਕਾਨੂੰਨ ਜਿਹੜੇ ਪੰਜਾਬ ਦੀ ਦੇਸ਼ ਦੇ ਕਾਨੂੰਨ ਦੇਸ਼ ਦੇ ਕਿਸਾਨ ਨਹੀਂ ਚਾਹੁੰਦੇ ਸੀ, ਉਹ ਕਾਨੂੰਨਾਂ ਨਾਲ ਜ਼ਬਰਦਸਤ ਧੱਕੇ ਨਾਲ, ਜ਼ਬਰਦਸਤੀ ਨਾਲ, ਧੱਕੇ ਨਾਲ ਉਹਨਾਂ ਨੂੰ ਪਾਸ ਕਰਕੇ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਜਦੋਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ BSP ਦਾ ਰਾਜ ਰਹੂਗਾ, ਕਿਸੇ ਵੀ ਹਾਲਤ ਵਿੱਚ ਆਹ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋ ਸਕਦੇ। ਨਾ ਹੋਣ ਦੇਵਾਂਗੇ, ਭਾਵੇਂ ਸਾਰਾ ਸਿਰ ਵੱਢਿਆ ਜਾਏ, ਪਰ ਆਹ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਅਤੇ ਅਸੀਂ BSP ਨਾਲ ਗੱਲ ਕੀਤੀ, ਇਕੱਠੇ ਅਸੀਂ ਅਡਜੋਨਮੈਂਟ ਮੋਸ਼ਨ ਲੈ ਕੇ ਆ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਅਡਜੋਨਮੈਂਟ ਮੋਸ਼ਨ ਪਾਰਲੀਮੈਂਟ 'ਚ ਲੈ ਕੇ ਆ ਰਿਹਾ ਕਿ ਉਸ ਮੋਸ਼ਨ ਦੇ ਰਾਹੀਂ ਕਿ ਸਾਰੇ ਜਿਹੜੇ ਕਾਨੂੰਨ, ਕਾਲੇ ਕਾਨੂੰਨ ਕਿਸਾਨਾਂ ਦੇ ਹੈ, ਉਹ ਇਮੀਡੀਏਟਲੀ ਕਾਂਸੈਂਟਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ, ਲੈਣੇ ਪੈਣੇ ਹੈ। ਹਿੰਦੁਸਤਾਨ ਦੀ ਦੂਜੇ ਨੰਬਰ 'ਤੇ ਸਭ ਤੋਂ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ। ਇਸ ਸਾਲ ਪੂਰੇ 100 ਸਾਲ ਹੋ ਗਏ ਹਨ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ, ਸ਼ਹਾਦਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਕਾਡਰ ਅਤੇ ਲੀਡਰਸ਼ਿਪ ਨੇ ਦਿੱਤੀ। ਆਜ਼ਾਦੀ ਦੇ ਬਾਅਦ ਵੀ ਕੋਈ ਗਰੀਬ ਦਾ ਮਸਲਾ ਹੋਏ, ਕਿਸਾਨ ਦੀ ਮਸਲਾ ਹੋਏ, ਕਿਸੇ ਧਰਮ ਦਾ ਮਸਲਾ ਹੋਏ, ਕਿਸੇ ਨੂੰ ਕੋਈ ਵਿਤਕਰਾ ਹੋਏ, ਜਾਂ ਕੋਈ ਆਪਣੇ ਕਾਨੂੰਨ ਨਾਲ ਛੇੜਛਾੜ ਹੋਏ, ਜੇ ਲੜਾਈ ਲੜੀ, ਐਮਰਜੈਂਸੀ ਤੱਕ ਜੋ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ। ਸਾਹਿਬ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸ਼੍ਰੋਮਣੀ ਅਕਾਲੀ ਦਲ ਦੇ। 5 ਵਾਰ ਕਿਸ ਲਈ ਕਿਵੇਂ ਬਣੇ? ਕਿਉਂਕਿ ਉਹਨਾਂ ਦੀ ਸੋਚ ਬੜੀ ਕਲੀਅਰ ਸੀ। ਪੰਜਾਬ ਬਾਰਡਰ ਦਾ ਸੂਬਾ, ਬਹੁਤ ਤਾਕਤਾਂ ਜੋ ਪੰਜਾਬ ਨੂੰ ਡਿਸਟਰਬ ਕਰਨੀਆਂ ਚਾਹੁੰਦੀਆਂ, ਪਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਇੱਕੋ ਇੱਕ ਸੋਚ ਰਹੀ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ। ਆਹੀ ਫਿਲੋਸਫੀ ਲੈ ਕੇ ਉਹਨਾਂ ਦਾ ਜਦੋਂ ਵੀ ਚੀਫ ਮਿਨਿਸਟਰ ਬਣੇ, ਉਹਨਾਂ ਨੇ ਇਨਸ਼ੋਰ ਕੀਤਾ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਿ ਪੰਜਾਬ 'ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਇਹੋ ਜਿਹੇ ਮੁੱਖ ਮੰਤਰੀ ਸਨ, ਜਿੰਨੇ ਵੀ ਧਰਮ ਹੈ, ਮੈਂ ਪਹਿਲੇ ਕਹਿ ਸਕਦਾ ਕਿ ਸਾਰੇ ਧਰਮਾਂ ਦੇ ਲੋਕ, ਮੈਨੂੰ ਲੱਗਦਾ ਜੇ ਜਿੰਨੇ ਵੀ ਧਰਮ ਹੈਗੇ ਦੁਨੀਆ ਵਿੱਚ, ਸਾਰੇ ਧਰਮਾਂ ਦੇ ਲੋਕ ਪੰਜਾਬ 'ਚ ਰਹਿੰਦੇ ਆ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦਾ ਇੱਕ ਜਿਹੜੀ ਮੈਂ ਫਿਲੋਸਫੀ ਦੀ ਗੱਲ ਕਰਿਆ ਸੀ ਕਿ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਜਦੋਂ ਮੁੱਖ ਮੰਤਰੀ ਹੁੰਦੇ ਸੀ, ਸਾਰੇ ਧਰਮਾਂ ਦੇ ਪਵਿੱਤਰ ਦਿਹਾੜੇ ਸਾਹਿਬ ਪ੍ਰਕਾਸ਼ ਸਿੰਘ ਬਾਦਲ CM ਬਣਾਉਂਦੇ ਹੁੰਦੇ ਸੀ ਅਤੇ ਛੁੱਟੀ ਵੀ ਕਰਦੇ ਹੁੰਦੇ ਸੀ। ਆਪ ਜਾ ਕੇ ਉੱਥੇ ਉਹਨਾਂ ਨੇ ਉਸ ਫੈਸਟੀਵਲ ਵਿੱਚ, ਉਸ ਫੰਕਸ਼ਨ ਵਿੱਚ ਜਾਣਾ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਇਕੱਲੇ ਚੀਫ ਮਿਨਿਸਟਰ ਹੈ ਜਿਨ੍ਹਾਂ ਨੇ ਜਿੰਨੇ ਵੀ ਧਰਮਾਂ ਦੇ ਪਵਿੱਤਰ ਸਥਾਨ ਹੈ ਸਾਰੇ ਉਹ ਪਵਿੱਤਰ ਸਥਾਨ ਨੂੰ ਕਰੋੜਾਂ ਰੁਪਈਏ ਲਾ ਕੇ ਪੰਜਾਬ ਦਾ ਖਜ਼ਾਨੇ ਤੋਂ ਉਹਨਾਂ ਨੂੰ ਖੂਬਸੂਰਤ ਬਣਾਇਆ। ਅੱਜ ਤੁਸੀਂ ਰਾਮ ਤੀਰਥ ਜਾ ਕੇ ਦੇਖੋ ਕਿਵੇਂ 300 ਕਰੋੜ ਰੁਪਈਏ ਲਾ ਕੇ ਉਸ ਜਗ੍ਹਾ ਨੂੰ ਕਿੰਨਾ ਖੂਬਸੂਰਤ ਬਣਾਇਆ। ਗੁਰੂ ਰਵਿਦਾਸ ਜੀ ਮਹਾਰਾਜ ਦਾ ਪਵਿੱਤਰ ਸਥਾਨ ਕਰਨਾਲਗੜ੍ਹ ਹੈ, ਉੱਥੇ ਮਨਜ਼ੂਰੀ ਦੇ ਕੇ ਕੰਮ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ, ਪਰ ਅਫਸੋਸ ਹੈ ਕਿ ਕਾਂਗਰਸ ਦੀ ਕੈਪਟਨ ਨੇ ਬੰਦ ਕਰ ਦਿੱਤਾ। ਦੁਰਗਿਆਨਾ ਮੰਦਿਰ ਦੀ ਖੂਬਸੂਰਤੀ ਵਾਸਤੇ ਬਾਦਲ ਸਾਹਿਬ ਨੇ 200-250 ਕਰੋੜ ਰੁਪਈਆ ਮਨਜ਼ੂਰ ਕਰਕੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ। ਮੈਂ ਕੱਲ੍ਹ ਹੀ ਦੇਖ ਰਿਹਾ ਸੀ, ਪਤਾ ਕਰ ਰਿਹਾ ਸੀ, ਪਰ ਕਾਂਗਰਸ ਨੇ 4 ਸਾਲਾਂ 'ਚ ਕੰਮ ਰੋਕ ਕੇ ਉੱਥੇ ਰੱਖਿਆ। ਦਰਬਾਰ ਸਾਹਿਬ ਵੀ ਜਾ ਕੇ ਦੇਖੋ। ਸੋ ਬਾਦਲ ਸਾਹਿਬ ਦੀ ਸੋਚ ਆਈ ਹੈ, ਜਿਵੇਂ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ, ਸਰਬੱਤ ਦੇ ਭਲੇ ਦੀ ਗੱਲ ਕੀਤੀ, ਸਰਬੱਤ ਦੇ ਭਲੇ ਦੀ ਗੱਲ ਕੀਤੀ, ਆਪਣੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਜੋ ਆਪਣੇ ਗੁਰੂ ਸਾਹਿਬਾਨ ਨੇ ਗੱਲ ਕੀਤੀ, ਉਸੇ ਦਿਸ਼ਾ 'ਤੇ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ।
ਮੈਨੂੰ ਯਾਦ ਹੈ ਅਸੀਂ ਤੀਰਥ ਯਾਤਰਾ ਸਾਰੇ ਧਰਮਾਂ ਦੀ ਤੀਰਥ ਯਾਤਰਾ ਸ਼ੁਰੂ ਕੀਤੀ। ਮੁਸਲਿਮ ਭਾਈਚਾਰਾ ਚਾਹੁੰਦਾ ਸੀ ਕਿ ਸਾਡੇ ਅਜਮੇਰ ਸ਼ਰੀਫ ਸਾਡੇ ਵੱਲ ਜਾਣ ਨੂੰ ਉੱਥੇ ਸਾਧਨ ਬਣੇ, ਟ੍ਰੇਨ ਸ਼ੁਰੂ ਕੀਤੀ, ਆਪਣੇ ਵਾਰਾਣਸੀ ਟ੍ਰੇਨ ਸ਼ੁਰੂ ਕੀਤੀ। ਮੇਰਾ ਮਤਲਬ ਹੈ ਜਿੱਥੇ ਜਿੱਥੇ ਜਿਹੜੇ ਵੀ ਧਰਮ ਦੇ ਲੋਕ ਕਿੱਥੇ ਜਾਣਾ ਚਾਹੁੰਦੇ ਸੀ, ਆਸਥਾ ਸੀ, ਉੱਥੇ ਉਹ ਉਹਨਾਂ ਨੂੰ ਸਾਰਾ ਪ੍ਰਬੰਧ ਕਰਦੇ ਰਹੇ। ਅੱਜ ਜੋ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਅਤੇ ਇੱਥੇ ਪੰਜਾਬ ਵਿੱਚ ਬਹੁਤ ਵੱਡਾ ਭਾਈਚਾਰਾ, ਆਪਣਾ ਦਲਿਤ ਭਾਈਚਾਰਾ ਇੱਥੇ ਬਣਦਾ। ਮੈਨੂੰ ਲੱਗਦਾ ਹਿੰਦੁਸਤਾਨ ਵਿੱਚ ਸਭ ਤੋਂ ਇੱਕ ਇਹੋ ਜਿਹਾ ਸੂਬਾ ਹੈ ਜਿੱਥੇ ਸਭ ਤੋਂ ਜ਼ਿਆਦਾ ਭਾਈਚਾਰਾ, ਦਲਿਤ ਭਾਈਚਾਰਾ ਪੰਜਾਬ 'ਚ ਹੈ। ਅਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਰਹੀ ਹੈ ਸਰਕਾਰ ਦੇ ਤਾਈਂ ਕਿ ਦਲਿਤ ਭਾਈਚਾਰੇ ਨੂੰ ਜੋ ਜੋ ਮੁਸ਼ਕਲਾਂ, ਭਾਵੇਂ ਸਕੋਲਰਸ਼ਿਪ ਦੀ ਸੀ, ਭਾਵੇਂ ਆਟਾ ਦਾਲ ਸੀ, ਭਾਵੇਂ ਸ਼ਗਨ ਸੀ, ਉਹਨਾਂ ਨੂੰ ਸਾਰੀ ਚੀਜ਼ ਦਿੰਦੀ ਉਹਨਾਂ ਨੇ, ਬਾਦਲ ਸਾਹਿਬ ਨੇ ਆਪਣੇ ਟਾਈਮ 'ਤੇ ਉਹਨਾਂ ਨੇ ਸਹੂਲਤਾਂ ਦਿੱਤੀਆਂ। ਤੋ ਇਸ ਕਰਕੇ ਬਾਦ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਇੱਕ ਹੈ ਕਿ ਪੰਜਾਬ ਨੂੰ ਜੋੜਨਾ, ਪੰਜਾਬੀਆਂ ਨੂੰ ਜੋੜਨਾ, ਸਾਰੇ ਧਰਮਾਂ ਨੂੰ ਜੋੜਨਾ, ਸਾਰੇ ਵਰਗਾਂ ਨੂੰ ਜੋੜਨਾ, ਤੋੜਨਾ ਨਹੀਂ। ਕਈ ਪਾਰਟੀਆਂ ਤੋੜ ਕੇ ਰਾਜ ਕਰਨਾ ਚਾਹੁੰਦੀਆਂ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਗੁਰੂਆਂ ਜੀ ਨੇ ਜਦ ਜੋੜ ਕੇ ਪੰਜਾਬੀਆਂ ਨੂੰ ਜੋੜ ਕੇ ਪੰਜਾਬ ਨੂੰ ਅੱਗੇ ਵਧਾਉਣ ਦੀ ਸਾਡੀ ਸੋਚ ਹੈ। ਤੋ ਥੋੜ੍ਹੇ ਦਿਨ ਪਹਿਲੇ ਤੁਸੀਂ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਹਾੜੇ 'ਤੇ ਮੈਂ ਅਨਾਊਂਸ ਕੀਤਾ ਸੀ ਕਿ ਇੱਕ ਦਲਿਤ ਨੂੰ ਅਸੀਂ ਸਾਡੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਜਿਹੜਾ ਸਾਡਾ ਗੱਠਜੋੜ ਹੈ, ਇੱਕ ਬੜਾ ਅਹਿਮ ਗੱਠਜੋੜ ਹੈ, ਬਹੁਤ ਪੰਜਾਬੀਆਂ ਦਾ, ਗਰੀਬ ਕਿਸਾਨ ਮਜ਼ਦੂਰ ਵਪਾਰੀ ਸਾਰਿਆਂ ਦਾ ਗੱਠਜੋੜ ਹੈ। ਅਸੀਂ ਫੈਸਲਾ ਕੀਤਾ ਸੀ ਕਿ ਦਲਿਤ ਨੂੰ ਅਸੀਂ ਡਿਪਟੀ CM ਬਣਾਵਾਂਗੇ ਸਾਡੀ, ਕਿਉਂਕਿ ਸੋਚ ਹੈ ਪਾਰਟੀ ਦੀ ਕਿ ਸਾਰਿਆਂ ਦਾ ਆਪਣੇ ਆਪਣਾ ਹਿੱਸਾ ਹੋਏ, ਉਹਨਾਂ ਨੂੰ ਇੰਪੋਰਟੈਂਸ ਮਿਲੇ। ਅਤੇ ਉਵੇਂ ਹੀ ਅੱਜ ਕੋਰ ਕਮੇਟੀ 'ਚ ਅਸੀਂ ਵਿਚਾਰਾਂ ਕੀਤੀਆਂ ਕਿ ਪੰਜਾਬ ਵਿੱਚ ਹਿੰਦੂ ਭਾਈਚਾਰਾ, ਵਪਾਰੀ ਸਾਰੇ ਜਿਹੜੇ ਆਪਣੇ ਹੈ ਉਹਨਾਂ ਨੂੰ ਪੰਜਾਬ ਦੀ, ਕਿਉਂਕਿ ਸੋਚ ਹੈ ਕਿ ਅਮਨ ਸ਼ਾਂਤੀ, ਬਾਦਲ ਸ਼੍ਰੋਮਣੀ ਅਕਾਲੀ ਦੀ ਸੋਚ ਹੈ ਅਮਨ ਸ਼ਾਂਤੀ ਦੀ ਅਤੇ ਭਾਈਚਾਰੇ ਇੱਕ ਸਾਂਝ ਦੀ। ਇਸ ਕਰਕੇ ਦੂਜਾ ਫੈਸਲਾ ਜਿਹੜਾ ਅਸੀਂ ਕੀਤਾ ਹੈ ਕਿ ਇੱਕ ਹੋਰ ਡਿਪਟੀ CM ਸਾਡੇ ਸਰਕਾਰ ਵਿੱਚ, ਦੋ ਡਿਪਟੀ CM ਹੋਣਗੇ, ਇੱਕ ਪਹਿਲਾ ਡਿਪਟੀ ਦਲਿਤ ਪਰਿਵਾਰ ਤੋਂ ਅਤੇ ਦੂਜਾ ਹਿੰਦੂ ਪਰਿਵਾਰ ਤੋਂ ਜਿਹੜਾ ਡਿਪਟੀ CM ਹੋਣਗੇ। ਸਾਡੀ ਸੋਚ ਇੱਕੋ ਇੱਕ ਹੈ ਕਿ ਜੋੜ ਕੇ ਅਤੇ ਸਾਰੇ ਧਰਮਾਂ ਨੂੰ ਆਪਣੀ ਸਰਕਾਰ ਵਿੱਚ, ਸਾਰੇ ਧਰਮਾਂ ਨੂੰ ਜੋ ਯੋਗ ਜਗ੍ਹਾ ਹੈਗੀਆਂ ਸਾਰਿਆਂ ਨੂੰ ਇਕੱਠੇ ਲੈ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸਾਡਾ ਪਹਿਲਾ ਨਿਸ਼ਾਨਾ ਹੈ। ਅਤੇ ਮੈਂ ਸਾਰੇ ਪੰਜਾਬੀਆਂ ਨੂੰ ਗਰੰਟੀ ਕਰਨਾ ਚਾਹੁੰਦਾ, ਦੇਣਾ ਚਾਹੁੰਦਾ, ਜਿਵੇਂ ਮੇਰੇ ਪਿਤਾ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ਸਾਂਝ ਵਾਸਤੇ ਲਾ ਦਿੱਤੀ, ਮੈਂ ਵੀ ਸਾਰੀ ਜ਼ਿੰਦਗੀ ਉਹਨਾਂ ਹੀ ਕਦਮਾਂ 'ਤੇ ਚੱਲਦੇ ਹੋਏ ਅਮਨ ਸ਼ਾਂਤੀ ਅਤੇ ਭਾਈਚਾਰੇ ਸਾਂਝ ਸਾਡੀ ਨੰਬਰ ਪ੍ਰਾਇਰਟੀ ਹੋਊਗੀ। ਸਾਰੇ ਧਰਮਾਂ ਨੂੰ ਇਕੱਠਾ ਕਰਕੇ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਸਾਡਾ ਮਿਸ਼ਨ ਸਾਡਾ ਰਹਿਣਾ ਅਤੇ ਸਾਡੀ ਦੋਨੋਂ ਅਲਾਇੰਸ ਪਾਰਟੀ ਦਾ ਰਹਿਣਾ। ਦੂਜਾ ਫੈਸਲਾ ਜਿਹੜਾ ਅਸੀਂ ਮੀਟਿੰਗ ਕੀਤਾ, ਸੈਂਟਰ ਦੀ ਕਾਂਗਰਸ ਸਰਕਾਰ ਨੇ, ਆਪਣੇ BJP ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਦਿੱਤਾ, ਪਿੱਠ 'ਤੇ ਵਾਰ ਕੀਤਾ। 3 ਕਾਨੂੰਨ ਜਿਹੜੇ ਪੰਜਾਬ ਦੀ ਦੇਸ਼ ਦੇ ਕਾਨੂੰਨ, ਦੇਸ਼ ਦੇ ਕਿਸਾਨ ਨਹੀਂ ਚਾਹੁੰਦੇ ਸੀ, ਉਹ ਕਾਨੂੰਨਾਂ ਨੂੰ ਜ਼ਬਰਦਸਤ ਧੱਕੇ ਨਾਲ, ਜ਼ਬਰਦਸਤੀ ਨਾਲ, ਧੱਕੇ ਨਾਲ ਉਹਨਾਂ ਨੂੰ ਪਾਸ ਕਰਕੇ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਤੇ BSP ਦੀ ਆਉਣ ਵਾਲੀ ਸਰਕਾਰ ਨੇ, ਮੈਂ ਪਹਿਲੇ ਵੀ ਐਲਾਨ ਕੀਤਾ, ਜਦੋਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ BSP ਦਾ ਰਾਜ ਰਹੂਗਾ, ਕਿਸੇ ਵੀ ਹਾਲਤ ਵਿੱਚ ਆ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋ ਸਕਦੇ, ਨਾ ਹੋਣ ਦੇਵਾਂਗੇ, ਭਾਵੇਂ ਸਾਰਾ ਸਿਰ ਵੱਢਿਆ ਜਾਏ, ਪਰ ਆਹ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਹੁਣ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ, ਜਿਹੜਾ 19 ਤਰੀਕ ਨੂੰ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ, ਸ਼੍ਰੋਮਣੀ ਅਕਾਲੀ ਦਲ ਅਤੇ ਅਸੀਂ BSP ਨਾਲ ਗੱਲ ਕੀਤੀ ਇਕੱਠੇ, ਅਸੀਂ ਅਡਜੋਨਮੈਂਟ ਮੋਸ਼ਨ ਲੈ ਕੇ ਆ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਅਡਜੋਨਮੈਂਟ ਮੋਸ਼ਨ ਪਾਰਲੀਮੈਂਟ 'ਚ ਲੈ ਕੇ ਆ ਰਿਹਾ ਕਿ ਉਸ ਮੋਸ਼ਨ ਰਾਹੀਂ ਕਿ ਸਾਰੇ ਜਿਹੜੇ ਕਾਨੂੰਨ, ਕਾਲੇ ਕਾਨੂੰਨ ਕਿਸਾਨਾਂ ਦੇ ਹੈ, ਉਹ ਇਮੀਡੀਏਟਲੀ ਸੈਂਟਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ, ਲੈਣੇ ਪੈਣੇ ਹੈ। ਤੋ ਜੇ ਮੈਂ ਅਪੀਲ ਕਰਦਾ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ
कि साढ़े अडजॉइनमेंट मोशन का साथ देन, उस अडजॉइनमेंट मोशन में दस्तखत करन, आपां टीम बन के निशाना एक रखिए कि आ कानून वापस करा के ही आपां डिगने हैं। श्रोमणी अकाली दल सदा गरीब किसान की लड़ाई लड़ता रहा, तुसी देखते हो श्रोमणी अकाली दल दे लीडरशिप दे वर्कर ने 12-12, 15-15, 6-6 साल जेलां कटियां पिछले आज़ादी के बाद, संघर्ष किया गरीबां वास्ते, किसानी वास्ते ते पंजाबियों वास्ते। इस करके आ दो साढ़े मेन अनाउंसमेंट अज दी हैं कि असी एक पहला डिप्टी सीएम, दो डिप्टी सीएम बन गए, एक दलित परिवार का मैंबर डिप्टी सीएम होगा, एक हिंदू परिवार का मैंबर साड़ी सरकार डिप्टी सीएम होगा साड़ी अलायंस का, तो दूजा असी अडजॉइनमेंट मोशन लेके आए। थैंक यू। मैं असी ड्यूटी लाती है, गल कर रहे हैं, टेलीफोन सारिया पार्टियां गल करदा है, मैं थोड़े राही सारे मीडिया तो नैशनल मीडिया में भी बेनती करदा, साड़ी अपील कि जो अडजॉइनमेंट मोशन श्रोमणी अकाली दल लेके आ रहा है उहदे ते आप साडा सहयोग देन, साडा साथ देन, साडे नाल दस्तखत करन, सो दैट आपां इहनूं सक्सैसफुली लिया के आपां पार्लीमेंट विच भारतीय जनता पार्टी सरकार नूं घेरीए। मैं उही कहा असी एक दलित परिवार तो एक ऐसी अपना अपने हिंदू परिवार तो होगा, वो असी अलायंस पार्टी बह के डिसाइड करूगी। थैंक यू। मैं थोनू एक गल करना चाहना, थोड़े राही सारे देश नू पता है, जे कोई विप जारी किया सी उदो श्रोमणी अकाली दल ने विप जारी किया सी, जदों एक्ट आया उदों किसान जथेबंदी ने उदों भी कहा सी कि कोई बायकॉट ना करे, उदों आम आदमी पार्टी ने भी बायकॉट ने किया, वॉकआउट किया, तो कांग्रेस ने भी किया, कल्ले मैं तो हरसिमरत बादल तो बाकी साढ़े राज्यसभा कुंदर साहब तो नरेश गुजराल जी उन्होंने असी डट के पार्लीमेंट बह के विरोध किया, असी बोले भी दूजे का, तो इस करके असी साड़ी श्रोमणी अकाली दल असूलों वाली पार्टी है, लड़ाई लड़ती है तो अगे होके लड़ती है, असी कहते कुछ तो करते कुछ नहीं, जो कह दिता कर दिया, असी किसानी वास्ते 100 साल का साडा इतिहास है, अज तक लड़े लड़ते रहे हैं तो लड़ते रहेंगे। असी वध असी सारे धर्मां दे, मैं कह रहा कि असी गुरु साहिबान दे दसे रस्ते चलण वाली पार्टी है, साडी हिस्ट्री देख लो, असी हर जिथे जिथे जिहड़ा बेस्ट सूटेड है असी करांगे, तुहानू पता है सब तो वध जे कैंडिडेट दित्ते ते असी दित्ते सी, सारियां पार्टियां दा कांग्रेस ते बीजेपी दा भी वध जे कैंडिडेट सी साडे सी। थैंक यू। साडा निशाना है किसानी दी लड़ाई लड़ना, किसानां वास्ते लड़ना, असी लड़ते रहेंगे।